ਇਹਨਾਂ ਦਾ ਤਿਉਹਾਰ ਮਹਿਲਾਵਾਂ ਦੇ ਜੀਵਨ ਦੇ ਵਿੱਚ ਇੱਕ ਵੱਖਰਾ ਹੀ ਸਥਾਨ ਹੁੰਦਾ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਕਿ ਅਸੀਂ ਰਾਜਪੁਰਾ ਦੇ ਲਾਇੰਸ ਕਲੱਬ ਦੇ ਵਿੱਚ ਮੌਜੂਦ ਹਾਂ, ਜਿੱਥੇ ਅੱਜ ਜੋ ਮਹਿਲਾਵਾਂ ਦੇ ਵੱਲੋਂ ਆਪਣਾ ਜੋ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ, ਅਤੇ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਜੋ ਹਲਕਾ ਰਾਜਪੁਰਾ ਦੇ ਵਿਧਾਇਕਾਂ ਨੇ ਮੈਡਮ ਨੀਨਾ ਮਿੱਤਲ, ਉਹ ਜਿਹੜੇ ਨੇ ਪਹੁੰਚੇ ਹੋਏ ਨੇ। ਅਤੇ ਅੱਜ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪਰਫੋਰਮੈਂਸ ਜਿਹੜੀ ਹੈ ਉਹ ਵੀ ਚੱਲ ਰਹੀ ਹੈ, ਅਤੇ ਉੱਥੇ ਹੀ ਜਿਹੜਾ ਜੋ ਪ੍ਰੋਗਰਾਮ ਦਾ ਜਿਹੜਾ ਆਨੰਦ ਲੈ ਰਹੇ ਨੇ ਵਿਧਾਇਕ ਜਿਹੜੇ ਨੇ ਉਹ ਇੱਥੇ ਮੌਜੂਦ ਨੇ। ਉਹਨਾਂ ਨਾਲ ਵੀ ਜਿਹੜੀ ਹੈ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਤਿਉਹਾਰ ਤੀਆਂ ਦਾ ਮਨਾਇਆ ਜਾ ਰਿਹਾ ਅਤੇ ਉਹ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਨੇ। ਮੈਮ, ਜਿਸ ਤਰ੍ਹਾਂ ਦੇਖਦੇ ਹਾਂ ਕਿ ਮਹਿਲਾਵਾਂ ਦੇ ਜੀਵਨ ਦੇ ਵਿੱਚ ਇੱਕ ਤੀਆਂ ਦਾ ਤਿਉਹਾਰ ਜਿਹੜਾ ਵੱਖਰਾ ਸਥਾਨ ਹੁੰਦਾ ਹੈ, ਅਤੇ ਤੁਸੀਂ ਵੀ ਜਿਹੜੇ ਇੱਕ ਮਹਿਲਾਵਾਂ ਅਤੇ ਅੱਜ ਲਾਇੰਸ ਕਲੱਬ ਦੇ ਵਿੱਚ ਪਹੁੰਚੇ ਹੋ। ਅੱਜ ਲਾਇੰਸ ਕਲੱਬ ਵਿੱਚ ਜਿਹੜਾ ਲਾਇੰਸ ਕਲੱਬ ਦਾ ਲੇਡੀਜ਼ ਗਰੁੱਪ ਹੈ ਉਹਦੇ ਵੱਲੋਂ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ। ਜਿਹੜਾ ਤੀਜ ਦਾ ਤਿਉਹਾਰ ਇੱਕ ਮਹਿਲਾਵਾਂ ਦਾ ਹੁੰਦਾ, ਭੈਣਾਂ ਦਾ ਹੁੰਦਾ, ਸੁਹਾਗ ਦਾ ਸੁਹਾਗਣਾਂ ਦਾ ਤਿਉਹਾਰ ਹੁੰਦਾ। ਅੱਜ ਉਹ ਤਿਉਹਾਰ ਇੱਥੇ ਬਹੁਤ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ। ਜਿੰਨੀਆਂ ਵੀ ਮੇਰੀਆਂ ਭੈਣਾਂ ਲੇਡੀਜ਼ ਇੱਥੇ ਆਈਆਂ ਨੇ ਸਭ ਰੰਗ ਬਿਰੰਗੀਆਂ ਸੋਹਣੀਆਂ ਬਣ ਕੇ ਆਈਆਂ ਨੇ, ਅਤੇ ਮੈਂ ਇਹੀ ਕਹੂੰਗੀ ਕਿ ਇਹ ਤਿਉਹਾਰ ਪਰਮਾਤਮਾ ਹਰ ਇੱਕ ਭੈਣ ਦੇ ਘਰ ਵਿੱਚ ਖੁਸ਼ੀਆਂ ਲੈ ਕੇ ਆਏ। ਜਿਸ ਤਰ੍ਹਾਂ ਦੇਖਦੇ ਹਾਂ ਤੀਆਂ ਦਾ ਤਿਉਹਾਰ ਜਿਹੜਾ ਮਹਿਲਾਵਾਂ ਬੜੇ ਉਹਦੇ ਨਾਲ ਮਨਾਉਂਦੀਆਂ ਨੇ, ਅਤੇ ਇੱਕ ਸੰਦੇਸ਼ ਵੀ ਤੁਸੀਂ ਇਸ ਮੌਕੇ 'ਤੇ ਦੇਣਾ? ਮੈਂ ਆਪਣੀਆਂ ਭੈਣਾਂ ਨੂੰ ਇਹੀ ਕਹੂੰਗੀ ਕਿ ਜਿਹੜਾ ਸਾਡਾ ਪੁਰਾਣਾ ਵਿਰਸਾ ਹੈ, ਸਾਡਾ ਪੁਰਾਣਾ ਵਿਰਸਾ ਹੈ, ਉਹਨੂੰ ਹਮੇਸ਼ਾ ਕਾਇਮ ਰੱਖੀਏ। ਜਿਹੜੇ ਤਿਉਹਾਰ ਹੈ ਪੁਰਾਣੀਆਂ ਗੱਲਾਂ, ਜਿਵੇਂ ਕਿ ਜਦੋਂ ਤੀਜ ਆਉਂਦੀ ਸੀ ਅਸੀਂ ਮਹਿੰਦੀ ਲਗਾਉਣੀ, ਚੂੜੀਆਂ ਪਾਉਣੀਆਂ, ਝੂਲੇ ਝੂਲਣੇ, ਘਰਾਂ ਵਿੱਚ ਖੀਰ ਪੂੜੇ ਬਣਦੇ ਸੀਗੇ, ਉਹਨਾਂ ਚੀਜ਼ਾਂ ਨੂੰ ਅਸੀਂ ਸਾਰੀ ਵਿਰਾਸਤ ਨੂੰ ਸੰਭਾਲ ਕੇ ਰੱਖੀਏ, ਉਸ ਵਿਰਾਸਤ ਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਇਹਨਾਂ ਤਿਉਹਾਰਾਂ ਦਾ ਪਤਾ ਲੱਗੇ। ਜਿਸ ਤਰ੍ਹਾਂ ਤੀਆਂ ਦਾ ਤਿਉਹਾਰ ਆਪਾਂ ਮਨਾ ਰਹੇ ਹਾਂ, ਅਤੇ ਇੱਕ ਜਦੋਂ ਦੇਸ਼ ਦੇ ਵਿੱਚ ਮਹਿਲਾਵਾਂ ਦੇ ਉੱਪਰ ਕੋਈ ਅੱਤਿਆਚਾਰ ਹੁੰਦਾ ਹੈ, ਜਾਂ ਪਿਛਲੇ ਦਿਨਾਂ ਦੀ ਦੇਖੀਏ ਮਣੀਪੁਰ ਦੇ ਵਿੱਚ ਇੱਕ ਘਟਨਾਵਾਂ ਹੋਈ ਹੈ ਜਿਹੜੀ ਮਹਿਲਾਵਾਂ ਦੇ ਨਾਲ, ਕੀ ਲੱਗਦਾ ਉਸ ਦੇ ਵਿੱਚ ਇੱਕ ਜਿਹੜੀ ਹੈ ਆਪਣੇ ਮਹਿਲਾਵਾਂ ਦੀ ਵੀ ਜਿਹੜੀ ਹੈ ਛਵੀ ਖਰਾਬ ਹੁੰਦੀ ਹੈ, ਕਿ ਉਸ ਮੌਕੇ 'ਤੇ ਦੇਖੋ ਜਿੱਥੇ ਵੀ ਮਹਿਲਾਵਾਂ ਨਾਲ ਅੱਤਿਆਚਾਰ ਹੁੰਦਾ ਉਹ ਬਹੁਤ ਨਿੰਦਣਯੋਗ ਹੈ। ਇੱਕ ਮਹਿਲਾ ਇੱਕ ਜਨਨੀ ਹੈ, ਪੁਰਸ਼ ਨੂੰ ਮਹਿਲਾ ਜਨਮ ਦਿੰਦੀ ਹੈ, ਪਰ ਜੇ ਉਹ ਕੋਈ ਵੀ ਪੁਰਸ਼ ਜਾਂ ਕਿਤੇ ਵੀ ਮਹਿਲਾਵਾਂ ਨਾਲ ਅੱਤਿਆਚਾਰ ਹੁੰਦਾ ਅਸੀਂ ਹਮੇਸ਼ਾ ਉਸਦੀ ਨਿੰਦਾ ਕਰਦੇ ਹਾਂ। ਔਰਤ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਔਰਤ ਝਾਂਸੀ ਦੀ ਰਾਣੀ ਵੀ ਬਣ ਸਕਦੀ ਹੈ, ਔਰਤ ਦੁਰਗਾ ਮਾਂ ਵੀ ਬਣ ਸਕਦੀ ਹੈ। ਜਿਹੜੇ ਨੇ ਮੌਜੂਦ ਸੀਗੇ ਅਤੇ ਅੱਜ ਪ੍ਰੋਗਰਾਮ ਦਾ ਜਿਹੜੇ ਨੇ ਆਨੰਦ ਲੈ ਰਹੇ ਨੇ, ਤੁਸੀਂ ਦੇਖ ਸਕਦੇ ਹੋ ਕਿ ਰਾਜਪੁਰਾ ਸ਼ਹਿਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹ ਜਿਹੜੀਆਂ ਇਕੱਠਾ ਹੋਈਆਂ ਹੋਈਆਂ ਨੇ, ਅਤੇ ਇੱਕ ਜਿਹੜਾ ਤਿਉਹਾਰ ਉਹਨਾਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ, ਅਤੇ ਗੱਲਬਾਤ ਜਿਹੜੀ ਹੈ ਕਰਨ ਦੀ ਕੋਸ਼ਿਸ਼ ਵੀ ਕਰਾਂਗੇ, ਅਤੇ ਹੋਰ ਮਹਿਲਾਵਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਤਿਉਹਾਰ ਹੈ ਜੋ ਮਹਿਲਾਵਾਂ ਦੇ ਜੀਵਨ ਦੇ ਵਿੱਚ ਇੱਕ ਵਡਮੁੱਲਾ ਸਥਾਨ ਜਿਹੜਾ ਇਸ ਤਿਉਹਾਰ ਦਾ ਹੁੰਦਾ, ਅਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਇਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਤੀਜ ਦਾ ਤਿਉਹਾਰ ਜੋ ਮਨਾਇਆ ਜਾ ਰਿਹਾ, ਅਤੇ ਉੱਥੇ ਹੀ ਗੱਲ ਕਰੀਏ ਤਾਂ ਅੱਜ ਰਾਜਪੁਰਾ ਦੇ ਲਾਇੰਸ ਕਲੱਬ ਦੇ ਵਿੱਚ ਜੋ ਮਹਿਲਾਵਾਂ ਦੇ ਵੱਲੋਂ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ, ਅਤੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮੈਡਮ, ਕੀ ਨਾਮ? ਮੈਂ ਚਾਰੂ ਚੌਧਰੀ, ਪ੍ਰੈਜ਼ੀਡੈਂਟ ਲਾਇੰਸ ਕਲੱਬ ਪਰਲਸ ਰਾਜਪੁਰਾ। ਅੱਜ ਹਮਾਰਾ ਜੋ ਇਹ ਤੀਜ ਕਾ ਤਿਉਹਾਰ ਮਨਾਇਆ ਜਾ ਰਿਹਾ ਹੈ, ਮੈਡਮ ਕਾ ਬਹੁਤ ਧੰਨਵਾਦ ਕਰਤੇ ਹਾਂ, ਉਹਨੇ ਹਮੇ ਇਤਨਾ ਕੀਮਤੀ ਸਮੇਂ ਦੇ ਕਰ ਹਮਾਰੇ ਬੀਚ ਮੇਂ ਆਏ ਔਰ ਬਹੁਤ ਸਭ ਕਾ ਉਤਸ਼ਾਹ ਬੜਾਇਆ। ਇਹ ਤੀਜ ਕਾ ਜੋ ਹੈ ਹਮਾਰੇ ਪੂਰੀ ਕਲੱਬ ਕੀ ਟੀਮ ਕੀ ਤਰਫ ਸੇ, ਮੇਰੇ ਪੀ ਆਰ ਓਜ਼, ਮੇਰੀ
ਜੋ ਜੈੱਡ ਸੀ ਹੈ, ਕਲਪਨਾ ਕੁਕਰੇਜਾ, ਮੇਰੀ PRO ਸੋਨੀਆ ਕਟਾਰੀਆ, ਮੇਰੀ ਕੈਸ਼ੀਅਰ ਮੀਨਾਕਸ਼ੀ ਬਹੁਜਾ ਔਰ ਮੇਰੀ ਸੈਕਟਰੀ ਸ਼ਾਲੂ ਕਥੂਰੀਆ, ਇਨ ਸਭ ਕਾ ਹਮਾਰੀ ਪੂਰੀ ਟੀਮ ਨੇ, ਹਮਾਰੀ ਮੰਜੂ ਡਾਇਰੈਕਟਰ ਸਭ ਨੇ ਪੂਰੀ ਮਿਲ ਕੇ ਇਸ ਪ੍ਰੋਗਰਾਮ ਕੇ ਲਈ ਬੜੀ ਮਿਹਨਤ ਕੀ ਹੈ ਔਰ ਦੇਖ ਰਹੀ ਹੂੰ ਸਭੀ ਲੇਡੀਜ਼ ਮੈਂ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਸਭ ਬਹੁਤ ਇੰਜੋਏ ਕਰ ਰਹੇ ਹੈ। ਕਦੋਂ ਤੋਂ ਮਨਾਉਂਦੇ ਆ ਰਹੇ ਹੋ ਤੁਸੀਂ ਅਤੇ ਪਹਿਲਾਂ ਕਿੰਨੇ ਕੁ ਵਾਰੀ ਜਿਹੜਾ ਇਸ ਤਰ੍ਹਾਂ ਦਾ ਪ੍ਰੋਗਰਾਮ? ਕਈ ਸਾਲਾਂ ਤੋਂ ਇਹ ਤੀਜ ਦਾ ਤਿਉਹਾਰ ਮਨਾ ਰਹੇ ਹਾਂ, ਬਟ ਹੁਣ ਸਾਡਾ ਜਿਹੜਾ ਕਲੱਬ ਹੈ ਉਹ 2 ਸਾਲਾਂ ਤੋਂ ਜਿਹੜਾ ਰਾਜਪੁਰਾ ਲੋਇੰਸ ਕਲੱਬ ਪਰਲ ਹੈ ਉਹ ਅਸੀਂ ਆਪਣਾ ਕਲੱਬ ਚਲਾਇਆ ਹੈ ਜਿਹਦੇ ਵਿੱਚ ਅਸੀਂ ਔਰਤਾਂ ਨੂੰ ਜਾਗਰੂਕ ਕੀਤਾ ਹੈ ਕਿ ਜਿੰਨਾ ਵੀ ਸੋਸ਼ਲ ਕੰਮ ਹੈ, ਕੋਈ ਵੀ ਕਿਸੇ ਦੀ ਕੋਈ ਸਹਾਇਤਾ ਹੈ ਉਹ ਸਾਡੀ ਟੀਮ ਪੂਰੀ ਮਿਲ ਕੇ ਜਿੰਨੀ ਵੀ ਮਦਦ ਹੋ ਸਕੇਗੀ ਕਰੂਗੀ ਔਰ ਜਿੰਨੀ ਵੀ ਕੁੜੀਆਂ ਜੋ ਵੀ ਹੁਨਰ ਵਾਲੀਆਂ ਜੋ ਵੀ ਕੋਈ ਵੀ ਮਦਦ ਚਾਹੁੰਦੀਆਂ ਆਪਣਾ ਦੱਸ ਕੇ ਆਪਣਾ ਨਾਂ ਦੇ ਕੇ ਕਰਵਾ ਸਕਦੀਆਂ, ਕੋਈ ਵੀ ਮਦਦ ਸਾਡੀ ਪੂਰੀ ਟੀਮ ਮਦਦ ਕਰਨ ਨੂੰ ਤਿਆਰ ਹੈ। ਜੇਕਰ ਗੱਲ ਕਰੀਏ ਤੀਆਂ ਦੇ ਤਿਉਹਾਰ ਤਾਂ ਇਸ ਦੇ ਵਿੱਚ ਕਿਹੜੇ ਜਿਹੜੇ ਉਮਰ ਦੇ ਮਹਿਲਾਵਾਂ ਹੋਣ ਜਾਂ ਫਿਰ ਕਿਸ ਉਮਰ ਦਾ? ਕੋਈ ਉਹ ਨਹੀਂ ਹੈ, ਛੋਟੀ ਉਮਰ ਤੋਂ ਲੈ ਕੇ ਵੱਡੀਆਂ, ਇਹ ਤਾਂ ਤੀਆਂ ਦਾ ਤਿਉਹਾਰ ਹੈ, ਕੁੜੀਆਂ ਦਾ ਤਿਉਹਾਰ ਹੈ, ਜਿਹੜਾ ਮਰਜ਼ੀ ਇਹਦੇ 'ਚ ਰੰਗ ਲਾਵੇ, ਜੋ ਮਰਜ਼ੀ ਮਜ਼ੇ ਕਰੇ ਆਪਣਾ। ਤੁਸੀਂ ਵੀ ਮੈਂ ਇੰਜੋਏ ਕਰ ਰਹੇ ਸੀਗੇ, ਕਿਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਤੁਹਾਨੂੰ ਲੱਗਿਆ? ਹਾਂਜੀ, ਬਹੁਤ ਬਹੁਤ ਵਧੀਆ ਪ੍ਰੋਗਰਾਮ ਸੀ, ਅਸੀਂ ਪਿਛਲੇ ਸਾਲ ਵੀ ਬਹੁਤ ਇੰਜੋਏ ਕੀਤਾ, ਇਸ ਸਾਲ ਵੀ ਬਹੁਤ ਇੰਜੋਏ ਕੀਤਾ, ਮੈਡਮ ਜੀ ਨੀਨਾ ਮਿੱਤਲ ਜੀ ਨੇ ਸਾਨੂੰ ਬਹੁਤ ਜ਼ਿਆਦਾ ਪ੍ਰੋਤਸਾਹਿਤ ਕੀਤਾ, ਇਸ ਲਈ ਬਹੁਤ ਬਹੁਤ ਵਧੀਆ ਪ੍ਰੋਗਰਾਮ ਸੀ। ਦੇਖਦੇ ਹਾਂ ਕਿ ਮਹਿਲਾਵਾਂ ਜਿਹੜੀਆਂ ਨੇ ਹਰ ਵਰਗ ਦੇ ਵਿੱਚ ਅੱਗੇ ਨੇ ਅਤੇ ਅੱਜ ਵਿਧਾਇਕਾ ਵੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਆਏ ਨੇ ਉਹਦੇ ਬਾਰੇ? ਹਾਂਜੀ, ਸਾਨੂੰ ਨੀਨਾ ਮਿੱਤਲ ਮੈਮ ਨੇ ਕਿਹਾ ਸੀ ਕਿ ਇਸਦਾ ਇਸ ਵਾਰ ਤੁਸੀਂ ਜੋ ਪ੍ਰੋਗਰਾਮ ਕਰਨਾ ਨਾ ਬਹੁਤ ਵੱਡਾ ਪ੍ਰੋਗਰਾਮ ਕਰਨਾ, ਅਸੀਂ ਮਤਲਬ ਉਹਨਾਂ ਨੂੰ ਮਤਲਬ ਦਿਖਾਉਣ ਲਈ ਸਮਝ ਲਓ ਜਾਂ ਪੂਰੀ ਰਾਜਪੁਰਾ ਦਿਖਾਉਣ ਲਈ ਆਪਣੇ ਲੋਇੰਸ ਕਲੱਬ ਨੂੰ ਅੱਗੇ ਵਧਾਉਣ ਲਈ, ਇਹ ਬਹੁਤ ਸਾਡੀ ਇੰਸਪੀਰੇਸ਼ਨ ਹੈ, ਉਹ ਸਾਡਾ ਪ੍ਰਾਈਡ ਹੈ, ਸਾਡਾ MLA ਸਾਡਾ ਮਾਣ ਹੈ, ਉਹਨਾਂ ਦੀ ਇੰਸਪੀਰੇਸ਼ਨ ਨਾਲ ਜੇ ਉਹ ਲੋਕ ਦੇਖਣਗੇ ਅੱਜ ਜਿੰਨੀ ਲੇਡੀਜ਼ ਨੂੰ ਪਤਾ ਚੱਲੇਗਾ ਸਾਡੀ MLA ਹੀ ਰਾਜਪੁਰਾ ਦੀ ਇੱਕ ਲੇਡੀ ਹੋ ਕੇ ਇੰਨਾ ਕੰਮ ਕਰ ਰਹੀ ਹੈ, ਤਾਂ ਸਭ ਨੂੰ ਤਾਂ ਜਾਗਰੂਕ ਹੋਣ ਦਾ ਮੌਕਾ ਮਿਲ ਰਿਹਾ ਹੈ ਨਾ। ਲੇਡੀਜ਼ ਕੋਈ ਕੰਮ ਨਹੀਂ ਹੈ, ਬਟ ਜਾਗਰੂਕ ਹੋਣ ਦਾ ਸਭ ਨੂੰ ਅੱਗੇ ਵਧਣ ਦਾ ਇੱਕ ਮੌਕਾ ਤਾਂ ਚਾਹੀਦਾ ਹੈ ਨਾ, ਉਹ ਮੌਕਾ ਅਸੀਂ ਸਭ ਨੂੰ ਦੇਣ ਨੂੰ ਤਿਆਰ ਹਾਂ, ਸਭ ਅੱਗੇ ਆਉਣ ਵਧਣ, ਅਸੀਂ ਕੰਮ ਉਹਨਾਂ ਦੇ ਨਾਲ ਹਾਂ, ਸਾਡੀ ਲੋਇੰਸ ਕਲੱਬ ਪਰਲਸ ਰਾਜਪੁਰਾ ਟੀਮ ਲੋਇੰਸ ਕਲੱਬ ਪਰਲਸ ਜੈਂਟ ਸਭ ਉਹਨਾਂ ਦੇ ਨਾਲ। ਦੇਖ ਸਕਦੇ ਹੋ ਕਿ ਪ੍ਰੋਗਰਾਮ ਜਿਹੜਾ ਇੰਜੋਏ ਅੰਦਰ ਮਹਿਲਾਵਾਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਅਤੇ ਵਿਧਾਇਕਾ ਨੀਨਾ ਮਿੱਤਲ ਨੇ ਉਹ ਵੀ ਜਿਹੜੇ ਉਚੇਜੇ ਤੌਰ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਇਹ ਜਦੋਂ ਸਟੇਜ ਦੇ ਉੱਪਰ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਉਹਨਾਂ ਨੂੰ ਜਿਹੜਾ ਅੱਜ ਜਿਸ ਤਰ੍ਹਾਂ ਬਚਪਨ ਦੇ ਵਿੱਚ ਹੁੰਦਾ ਸੀਗਾ ਕਿ ਇੱਕ ਮਹਿਲਾਵਾਂ ਦੇ ਜਿਹੜਾ ਇਤਿਹਾਰ ਹੈ ਉਸ ਸਮੇਂ ਮਨਾਉਂਦੇ ਸੀਗੇ ਅਤੇ ਉਸ ਤਰ੍ਹਾਂ ਦਾ ਜਿਹੜਾ ਮਾਹੌਲ ਜਿਹੜਾ ਇਸ ਸਮੇਂ ਦੁਬਾਰਾ ਜਿਹੜਾ ਉਹਨਾਂ ਨੇ ਦੱਸਿਆ ਕਿ ਦੁਬਾਰਾ ਬਣਿਆ ਅਤੇ ਉਹਨਾਂ ਨੇ ਕਿ ਜੋ ਮੁਬਾਰਕਾਂ ਵੀ ਜਿਹੜੀਆਂ ਮਹਿਲਾਵਾਂ ਨੂੰ ਦਿੱਤੀਆਂ ਨੇ।